ਆਮਰੀਕਾ ਬੋਲੀ ਨਾ ਸਿੰਘ ਭਗਵਾਨ ਕੀ ਜੈ ਆਜ਼ਾਦ ਪਾਰਟੀ ਜਿੰਦਾਬਾਦ ਪੰਜਾਬ ਸਾਹਿਬ ਜਿੰਦਾਬਾਦ ਪੰਜਾਬ ਸਾਹਿਬ ਜਿੰਦਾਬਾਦ। जम्मू कश्मीर विधानसभा चुनाव में डेमोक्रेटिक आज़ाद पार्टी ने अपनी पूरी ताकत झोंक दी है। इसी कड़ी में सांबा विधानसभा सीट से उम्मीदवार विनोद मिश्रा ने घगवाल में नए पार्टी कार्यालय का उद्घाटन किया। आपको बता दें, पार्टी कार्यालय प्राचीन नरसिंह मंदिर घगवाल के ठीक सामने बनाया गया है, जिसका DPAP उम्मीदवार विनोद मिश्रा ने संयुक्त रूप से फीता काट कर उद्घाटन किया। ਮੈਂ ਸ਼ੁਰੂ ਕੀਤਾ, ਮੈਂ ਸਾਰੇ ਕੋਲੋਂ ਪਹਿਲੇ ਨਰਸਿੰਘ ਮੱਥਾ ਟੇਕਿਆ ਤੇ ਮੀਂਹ ਨੂੰ ਫੁੱਲ ਪਾਇਆ, ਪੂਰਾ ਗੱਡੀ ਚ ਫੁੱਲ ਪਾਇਆ ਤੇ ਦੁਨੀਆ ਰਫਤਾਰ ਕਿੰਨਾ ਦੌੜਾਵਾਂ ਵੀ ਪੂਰਾ ਵਿਸ਼ਵਾਸ ਹੈ ਕਿ ਨਰਸਿੰਘ ਭਗਵਾਨ ਦੀ ਦਇਆ ਕਰਨ ਦੇ ਆਸ਼ੀਰਵਾਦ ਕਰਨਾ ਸਾਰੀ ਪਿੱਠ ਜਿਹੜੀ ਹੈ ਇਸੇ ਨਰਸਿੰਘ ਭਗਵਾਨ ਹੈ। ਨਹੀਂ ਲੱਗਣ ਨਹੀਂ ਲੱਗਣ ਮੇਰਾ ਪੱਕਾ ਵਿਸ਼ਵਾਸ ਦੱਸਾਂ ਕਿ ਅਸ ਇਲੈਕਸ਼ਨ ਜਿਹੜੀ ਹੈ ਨਰਸਿੰਘ ਭਗਵਾਨ ਨੇ ਮੱਥਾ ਟੇਕੀ ਹੈ, ਉਹ ਬੇਰ ਸ਼ੁਰੂ ਕੀਤੀ ਜਿਹੜੀ ਉਹ ਤੇ ਸਾਨੂੰ ਪੂਰਾ ਵਿਸ਼ਵਾਸ ਹੈ। ਅਸ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਘੋਹਾਲ ਬਲਾਕ ਹੈ, ਸਾਡਾ ਸੁੰਭ ਬਲਾਕ ਹੈ, ਇਹ ਨੱਟ ਬਲਾਕ ਹੈ, ਇਹ ਸਾਂਬੇ ਬਲਾਕ ਦਾ ਜਿਹੜੀ ਮਿਊਂਸਪੈਲਿਟੀ ਤੇ ਬਾਈਕ ਹੁੰਦੀ ਹੈ ਚਾਰ ਪੰਚਾਇਤਾਂ, ਇਹ 90,000 ਵੋਟ ਹੈ। ਔਰ ਅਸੀਂ ਚਾਹੁੰਦੇ ਹਾਂ 90,000 ਜਿਹੜਾ ਵੋਟ ਹੈ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਬਰਾਦਰੀ ਦੇ ਲੋਕ ਸਵਰਨ ਜਾਤੀ ਦੇ OBC ਭਰਾ ਸਾਰੇ ST ਭਰਾ SC ਭਰਾ ਔਰ ਸਵਰਨ ਜਾਤੀ ਦੇ ਆਹ ਸਾਰੇ ਇਕੱਠੇ ਹੋਈ ਹੈ, ਕੋਈ ਫਰਕ ਨਹੀਂ ਹੈ, ਸਾਡਾ ਇੱਕੋ ਮਕਸਦ ਹੈ। ਅਸੀਂ ਸਾਰੇ ਇਕੱਠੇ ਹੋਈ ਹੈ ਇਹ ਜਿਹੜੀ ਸਾਂਬਾ ਹਲਕਾ ਜਿਹੜਾ ਗੋਹਾਲ ਦਾ ਉੱਤਰ ਖੁੱਲ੍ਹਾ ਦਾ ਅਸੀਂ ਥੋੜ੍ਹੇ ਲੋਕਾਂ ਵਾਸਤੇ ਮਰਨਾ ਜਿੰਨਾ ਵਿਨੋਦ ਮਿਸ਼ਰਨ ਹੈ, ਥੋੜ੍ਹੇ ਲੋਕਾਂ ਵਾਸਤੇ ਮਰਨਾ ਜਿੰਨਾ ਗਰਦਾਰੀ ਲਾਲ ਡੋਗਰਾ ਸਾਹਿਬ ਜਿਨ੍ਹਾਂ ਇਹਨਾਂ ਨਗਰ ਦੇ ਵਿੱਚ ਅੱਜ ਉਹ ਮਹਿਰੂਮ ਅੱਜ ਉਹ ਜਿਹਦੇ ਸਵਰਗਵਾਸ ਹੋ ਰਹਿੰਦਾ ਅਮਨ ਲੋਕ ਅਮਨ, ਲੇਕਿਨ ਉਹਦੇ ਜਿਹੜੇ ਅਧੂਰੇ ਕੰਮ ਹਨ ਇਹ ਨਸੀਬ ਭਗਵਾਨ ਜਾ ਕੇ ਫੁੱਟ ਰਿਹਾ ਵਿਨੋਦ ਮਿਸ਼ਰਾ ਪੂਰਾ ਕਰੇਗਾ। ਇਹ ਜਿਹੜੀ ਧਰਤੀ ਹੈ ਦੋ ਲੀਡਰ ਹੋਏ ਇਸ ਸਾਰੀ ਧਰਤੀ ਚ, ਇੱਕ ਗਰਦਾਰ ਲਾਲ ਡੋਗਰਾ ਸਾਹਿਬ ਦੂਏ ਠਾਕਰ ਬਲਦੇਵ ਸਿੰਘ ਸਾਹਿਬ, ਇਹ ਦੋ ਬੜੇ ਵੱਡੇ ਲੀਡਰ ਇਹ ਅਸੀਂ ਨੇ ਮੰਨਣੇ ਆ। ਔਰ ਅਸੀਂ ਨੇ ਮੱਥਾ ਟੇਕੀ ਆ ਇੰਡੀਆ ਅੱਗੇ ਝੁਕਿਆ ਤੇ ਨਸੀਬ ਭਗਵਾਨ ਦੇ ਅੱਗੇ ਸਾਹਮਣੇ ਅਸੀਂ ਕੰਪੇਨ ਸ਼ੁਰੂ ਕਰਨੇ ਆ। ਬੜਾ ਬੜਾ ਸ਼ੁਕਰੀਆ, ਧੰਨਵਾਦ, ਜੈ ਹਿੰਦ।